जी अस्सलाम वालेकुम, मैं ਤੁਹਾਡਾ अपना ਜ਼ਾਹਿਦ ਪੱਟੀ। अज मैनू बुलाया नगीना खान ने, नगीना खान ने चैनल बनाया 786 नगीना खान। इहनू तुसीं सबसक्राइब करना है, लाइक करना है, शेयर करना है, क्योंकि साडी बड़ी ही प्यारी आर्टिस्ट। मैं कहना नगीना जी जी, मैं कहना बड़ी खुशी हुई तुसीं मैनू अज याद किया, अपने घर दे विच अपने चैनल ते याद किया मैनू। और थिएटर ते ਤੁਹਾਡੇ ਨਾਲ बहुत ज्यादा काम किया है, और दुनिया के जिथे भी शहर च गए ਤੁਹਾਡਾ बड़ा ना है, मुकाम है। मैं बड़ी खुशी हुई तुसी मैनू इनवाइट किया। और मेरे नाल पाशा साहब, मेरे बड़े प्यारे, मेरे हथां दे बुजुर्ग दोस्त। मैं कहना नगीना जी, YouTube दा चैनल तुसी बना लिया है, एदे ते असी किस किस्म दे प्रोग्राम दसांगे, अल्हम्दुलिल्लाह, और किस किस्म दे प्रोग्राम छड्डांगे। इहदा जिहड़ा अपने मेरी गल ते पूरी सुन लै, समझ लै कि मैं इहनू सुत्ते वे इहनू जगा के अज बड़ के मरोड़ तोड़ के अज करके लियाई है। हाँ जी, तुसी जदों भी जगाया ना नगीना जी, सुत्तियां पे इस गल नूं छड्ड दिओ, तुसी आउटडोरां च वी मैं ਤੁਹਾਡੀ बड़ी ड्यूटी दित्ती है। देख लो हुण की कह रहे हैं, इनडोर आ दसो कि अपने ਆਵਾਮ ਜਿਹੜੀ ਹੈ ਤੁਹਾਨੂੰ ਬਰਾਬਰ ਵੇਖਣਾ ਚਾਹ ਰਹੀ ਹੈ, ਔਰ ਅਸੀਂ ਕਿਸ ਕਿਸਮ ਦੇ ਇੱਥੇ ਛੱਡਾਂਗੇ ਪ੍ਰੋਗਰਾਮ। ਇਹ ਜ਼ਾਹਦ ਜੀ ਮੇਰੇ ਨਾਲ ਬੜਾ ਪਿਆਰ ਕਰਦੀ ਹੈ ਦੁਨੀਆ, ਮਾਸ਼ਾਅੱਲਾ, ਜਿਹਨੇ ਮੇਰੇ ਪਿਆਰੇ ਚੈਨਲ ਨੇ ਮੇਰੇ ਨਾਲ ਬੜਾ ਪਿਆਰ ਕਰਦੇ ਨੇ। ਔਰ ਕਹਿ ਰਹੇ ਸੀ ਕਿ ਨਗੀਨਾ ਜੀ ਤੁਸੀਂ ਆਪਣਾ ਇੱਕ ਯੂਟਿਊਬ ਤੁਸੀਂ ਆਪਣਾ ਤਿਆਰ ਕਰੋ ਔਰ ਉਹਦੇ 'ਚ ਕੰਮ ਕਰੋ। ਇਹ ਹੁਣ ਨਗੀਨਾ ਖਾਨ 0786 ਮੈਂ ਆਪਣਾ ਯੂਟਿਊਬ ਦਾ ਬਣਾਇਆ ਹੈ, ਔਰ ਇਹਨਾਂ ਨੇ ਮੇਰੇ ਨਾਲ ਬੜਾ ਪਿਆਰ ਕੀਤਾ ਹੈ, ਬੜੀ ਮੁਹੱਬਤ ਕੀਤੀ ਹੈ, ਤੇ ਮੈਂ ਚਾਹ ਰਹੀ ਹਾਂ ਕਿ ਜਿਹੜਾ ਵੀ ਮੇਰੇ ਜਿਵੇਂ ਕਿ ਤੁਸੀਂ ਉਹ ਪਾਸ਼ਾ ਸਾਹਿਬ ਨੇ ਆਪਣਾ ਜਿਹੜੇ ਵੀ ਫਨਕਾਰ ਜ਼ਿੰਦਗੀ ਦੇ ਬਾਰੇ ਚ ਆਪਣੇ ਚ ਬਾਰੇ ਦੱਸਣ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਇਹਨਾਂ ਦੀ ਜ਼ਿੰਦਗੀ ਕੈਸੀ ਗੁਜ਼ਰ ਰਹੀ ਹੈ, ਤਾਂ ਕਿ ਜਿਹਨੇ ਕਿ ਸਾਡੇ ਪੂਰੇ ਪੰਜਾਬ ਦੇ ਵਿੱਚ ਲੋਕੀ ਵੇਖਣ ਵਾਲੇ ਨੇ, ਇੰਡੀਆ ਚ ਬਹਿ ਕੇ ਵਿਚਾਰੇ ਦੇਖਣ ਵਾਲੇ ਨੇ, ਉਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਦੀ ਜ਼ਿੰਦਗੀ ਅਗੋ ਡਰਾਮੇ ਤੋਂ ਕੈਸੇ ਸ਼ੁਰੂ ਹੋਈ ਹੈ, ਕੋਈ ਦੁਖੀ ਆ ਰਿਹਾ, ਕੋਈ ਸੁਖੀ ਆ ਰਿਹਾ, ਕਿਸ ਤਰ੍ਹਾਂ ਆ ਰਿਹਾ। ਕਿ ਤੁਸੀਂ ਕਹਿਣ ਦਾ ਮਤਲਬ ਹੈ ਕਿ ਇਸ ਫੀਲਡ 'ਚ ਕਿਵੇਂ ਆਏ ਹੋ, ਹੁਣ ਕਿਵੇਂ ਜ਼ਿੰਦਗੀ ਚੱਲ ਰਹੀ ਹੈ? ਹਾਂਜੀ, ਇਹ ਹੁਣ ਤੁਸੀਂ, ਹਾਂਜੀ, ਮੈਂ ਚਾਹ ਰਹੀ ਹਾਂ ਤੁਸੀਂ ਥੋੜੀ ਜਿਹੀ ਆਪਣੇ ਬਾਰੇ ਥੋੜੀ ਜਿਹੀ ਮੈਨੂੰ ਦੱਸੋ। ਮੈਡਮ ਨਗੀਨਾ ਜੀ, ਤੁਹਾਨੂੰ ਪਤਾ ਹੀ ਹੈ ਤਕਰੀਬਨ ਅਸੀਂ ਬੈਚ ਫੈਲ ਹੋਈਆਂ ਫੀਲਡ ਦੇ ਵਿੱਚ। ਜੀ ਜੀ, ਸਟਰਗਲ ਪੀਰੀਅਡ ਵੀ ਤੁਹਾਡੇ ਨਾਲ ਹੀ ਗੁਜ਼ਰਿਆ ਸਾਡਾ। ਹਾਂਜੀ, ਮਾਲਕ ਨੇ ਥੋੜਾ ਬਹੁਤਾ ਕਰਮ ਕੀਤਾ, ਰੋਜ਼ੀ ਦਾ ਸਿਲਸਿਲਾ ਬਣ ਗਿਆ। ਬਲਕਿ ਥੋੜਾ ਜਿਹਾ ਨਹੀਂ, ਬਹੁਤ ਵੱਡਾ ਕਰਮ ਕੀਤਾ ਹੈ ਮਾਸ਼ਾਅੱਲਾ ਤੁਹਾਡਾ, ਤੇ ਮਾਸ਼ਾਅੱਲਾ ਇੱਕ ਬੜਾ ਨਾਮ ਹੋ ਚੁੱਕਿਆ ਹੈ ਜ਼ਾਹਰ ਸਾਹਿਬ, ਬਹੁਤ ਮਾਸ਼ਾਅੱਲਾ, ਬਹੁਤ ਅੱਛੇ ਕੰਮ ਕਰਦੇ ਨੇ। ਹਾਂਜੀ, ਕਿਉਂ ਨਹੀਂ, ਤੁਹਾਡੇ ਨਾਲ ਹੀ ਹੈ ਮੈਡਮ ਜਿਹੜਾ ਇਹ ਸਿਲਸਿਲਾ ਹੈ, ਔਰ ਐਸੇ ਤਰ੍ਹਾਂ ਹੀ ਚੱਲਦਾ ਰਹੇਗਾ। ਸਟਰਗਲ ਪੀਰੀਅਡ ਜਿਹੜਾ ਵੀ ਕੰਮ ਹੈ ਮੈਡਮ, ਉਹ ਤੁਹਾਨੂੰ ਪਤਾ ਕਰਨੀ ਪੈਂਦੀ। ਜੀ ਜੀ, ਬਿਲਕੁਲ, ਕਿਉਂ ਨਹੀਂ, ਉਹ ਤੋਂ ਖਾਸ ਕਰ ਪਾਕਿਸਤਾਨ ਦੇ ਫਨਕਾਰਾਂ ਸੀ, ਇੱਥੇ ਜ਼ਰਾ ਜ਼ਿਆਦਾ ਕਰਨੀ ਪੈਂਦੀ ਹੈ, ਕਿਉਂਕਿ ਕੋਈ ਐਡੀ ਅਕੈਡਮੀ ਨਹੀਂ ਹੈ, ਕੋਈ ਬਲਾਈਜ ਕਰਨ ਵਾਲੇ ਬਹੁਤ ਘੱਟ ਨੇ, ਆਪਣੀ ਮਦਦ ਆਪ ਦੇ ਤਹਿਤ ਹੀ ਅੱਗੇ ਆਉਣਾ ਪੈਂਦਾ ਹੈ, ਔਰ ਅਸੀਂ ਬਹੁਤ ਮਿਹਨਤ ਕੀਤੀ ਹੈ, ਔਰ ਮਜ਼ੀਦ ਅੱਗੇ ਕਰਾਂਗੇ, ਔਰ ਕਰ ਵੀ ਰਹੇ ਹਾਂ, ਔਰ ਮਾਲਕ ਉੱਥੋਂ ਇੱਥੇ ਤੱਕ ਲੈ ਆਇਆ ਤੇ ਅੱਗੇ ਤੱਕ ਵੀ ਪਹੁੰਚਾਏਗਾ ਇਨਸ਼ਾਅੱਲਾ, ਇਹ ਤੁਹਾਡੀਆਂ ਦੁਆਵਾਂ ਦੇ ਨਾਲ। ਜੀ, ਮਿਹਰਬਾਨੀ। ਹਾਂ, ਤੇ ਮੈਡਮ ਨਗੀਨਾ, ਅਸੀਂ ਇਸ ਚੈਨਲ ਵਾਸਤੇ ਮਿਹਨਤ ਕਰਾਂਗੇ, ਇਨਸ਼ਾਅੱਲਾ ਜੀ, ਮਿਹਰਬਾਨੀ। ਇਹ ਇਨਡੋਰ ਤੇ ਅਸੀਂ ਰਿਕਾਰਡਿੰਗ ਕਰ ਲਈ ਅੱਜ, ਫਸਟ ਟਾਈਮ ਤੁਸੀਂ ਬੁਲਾਇਆ, ਔਰ ਅੱਗੇ ਵੀ ਉਮੀਦ ਕਰਨਾ ਕਿ ਸਾਡੇ ਬਹੁਤ ਅੱਛੇ ਪ੍ਰੋਗਰਾਮ ਹੋਣਗੇ, ਨਾਜ਼ਰੀਨ ਤੁਸੀਂ ਜ਼ਰੂਰ ਵੇਖਣਾ, ਮਿਸ ਨਹੀਂ ਕਰਨਾ। ਦੇਖੋ, ਨਗੀਨਾ 786 ਚੈਨਲ, ਨਗੀਨਾ ਖਾਨ 0786। ਹਾਂ, ਨਗੀਨਾ ਖਾਨ ਦੇਖਿਆ ਜੀ, ਨਗੀਨਾ ਖਾਨ 786, ਇਹਨੂੰ ਜ਼ਰੂਰ ਦੇਖਣਾ ਤੁਸੀਂ, ਔਰ ਭਰਪੂਰ ਇੰਜੋਏ ਕਰੋਗੇ, ਕਿਉਂਕਿ ਇਹਦੇ ਤੇ ਮੈਂ ਵੀ ਆਪ ਵੀ ਮਿਹਨਤ ਕਰਾਂਗਾ ਇਨਸ਼ਾਅੱਲਾ, ਕਿ ਸਾਡਾ ਚੈਨਲ, ਬਲਕਿ ਫਿਲਮ ਦੇ ਵਿੱਚ ਵੀ ਨਾਲ ਨੇ, ਆਪਣਾ ਕਾਮੇਡੀ ਵਿੱਚ ਵੀ ਮੇਰੇ ਨਾਲ ਨੇ, ਸਟੇਜ ਤੇ ਵੀ ਜ਼ਾਹਰ ਪੱਟੀ ਸਾਹਿਬ ਮੇਰੇ ਨਾਲ ਨੇ, ਔਰ ਇਨਸ਼ਾਅੱਲਾ ਨਾਲ ਨਾਲ ਮੇਰੇ ਨਾਲ ਇਨਸ਼ਾਅੱਲਾ ਚੱਲਦੀ ਆਵਾਂਗੀ ਤੁਹਾਡੇ ਨਾਲ, ਤੁਹਾਡਾ ਪਿਆਰ ਵਧੇਗਾ, ਤੁਸੀਂ ਮੈਨੂੰ ਪਿਆਰ ਦੇ ਰਹੇ ਹੋ, ਸਮਝ ਲਓ ਕਿ ਤੁਹਾਡੇ ਨਗੀਨਾ ਇੰਜੇ ਵੱਡਾ ਦਿਲ ਹੋ ਜਾਏਗਾ ਜਦੋਂ ਤੁਸੀਂ ਨਹੀਂ ਹੋਗੇ, ਤੇ ਮੈਂ ਤੇ ਫਿਰ ਮੈਂ ਸਮਰਨ ਨਗੀਨਾ ਖਾਨ ਜੀ, ਹਾਂਜੀ, ਫਨਕਾਰ ਅਸੀਂ ਉਹਨੇ ਪਬਲਿਕ ਪ੍ਰਾਪਰਟੀ ਆ ਇਨਸ਼ਾਅੱਲਾ, ਔਰ ਇਹਨਾਂ ਦੇ ਨਾਲ ਹੀ ਹੈ ਜੋ ਵੀ ਹੈ, ਠੀਕ ਹੈ, ਜ਼ਰੂਰ ਅਸੀਂ ਫਨਕਾਰ ਕਰੋੜਾਂ ਦੇ ਵੀ ਹੋ ਜਾਈਏ ਤੇ ਇਹਨਾਂ ਦਾ ਪਿਆਰ ਨਾ ਹੋਵੇ ਤੇ ਅਸੀਂ ਟਗੇ ਦੇ ਨਹੀਂ, ਟਗੇ ਦੇ ਨਹੀਂ ਹੈਗੇ। ਦੇਖਿਆ ਜੀ ਕਿੱਡੀ ਲੱਖ ਰੁਪਏ ਦੀ ਗੱਲ ਕੀਤੀ ਹੈ, ਹੋਈ ਨਾ ਲੱਖ ਦੀ। ਅਸਲਾਮ ਅਲੈਕੁਮ ਜੀ।